C ਅਤੇ C++ ਵਿੱਚ ਕੰਡੀਸ਼ਨਲ ਸਟੇਟਮੈਂਟ ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਾਂਗੇ ਸਿੰਗਲ ਸਟੇਟਮੈਂਟ ਨੂੰ ਕਿਵੇਂ ਐਗਜ਼ੀਕਿਊਟ ਕਰਨਾ ਹੈ, ਸਟੇਟਮੈਂਟਸ ਦੇ ਗਰੁੱਪ ਨੂੰ ਕਿਵੇਂ ਐਗਜ਼ੀਕਿਊਟ ਕਰਨਾ ਹੈ। ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ। ਅਸੀਂ ਕੁਝ ਆਮ ਗਲਤੀਆਂ ਤੇ ਉਹਨਾਂ ਦੇ ਹੱਲ ਵੀ ਦੇਖਾਂਗੇ। ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤ ਰਹੀ ਹਾਂ Ubuntu ਓਪਰੇਟਿੰਗ ਸਿਸਟਮ ਵਰਜ਼ਨ 11.10, GCC ਅਤੇ G++ ਕੰਪਾਈਲਰ ਵਰਜ਼ਨ 4.6.1। ਆਓ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡਕਸ਼ਨ ਨਾਲ ਸ਼ੁਰੂ ਕਰੀਏ। ਸਟੇਟਮੈਂਟ ਪ੍ਰੋਗਰਾਮ ਵਿੱਚ ਪ੍ਰੋਗਰਾਮ ਐਗਜ਼ੀਕਿਊਸ਼ਨ ਦੀ ਤਰਤੀਬ ਨੂੰ ਕੰਟਰੋਲ ਕਰਦੀ ਹੈ। ਇਹ ਫੈਸਲਾ ਕਰਨ ਵਿੱਚ ਮਦਦ ਕਰਦੀ ਹੈ ਕਿ ਕਿਹੜਾ ਕੋਡ ਐਗਜ਼ੀਕਿਊਟ ਕਰਨਾ ਹੈ। ਅਸੀਂ ਕੰਡੀਸ਼ਨਸ ਚੈੱਕ ਕਰ ਸਕਦੇ ਹਾਂ ਕਿ ਇਹ ਸਹੀ ਹਨ ਜਾਂ ਗਲਤ। ਅਸੀਂ ਇੱਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁੱਪ ਐਗਜ਼ੀਕਿਊਟ ਕਰ ਸਕਦੇ ਹਾਂ। ਆਓ ਇਫ ਸਟੇਟਮੈਂਟ ਦੀ ਤਰਤੀਬ ਨੂੰ ਸਮਝੀਏ। ਇੱਥੇ ਜੇ ਕੰਡੀਸ਼ਨ ਸਹੀ ਹੈ ਤਾਂ ਸਟੇਟਮੈਂਟ ਇੱਕ ਐਗਜ਼ੀਕਿਊਟ ਕੀਤੀ ਜਾਏਗੀ। ਜੇ ਕੰਡੀਸ਼ਨ ਗਲਤ ਹੈ ਤਾਂ ਸਟੇਟਮੈਂਟ 2 ਐਗਜ਼ੀਕਿਊਟ ਕੀਤੀ ਜਾਏਗੀ। ਹੁਣ ਅਸੀਂ ਐਲਸ ਇਫ ਸਟੇਟਮੈਂਟ ਦੀ ਤਰਤੀਬ ਵੇਖਾਂਗੇ। ਇੱਥੇ ਜੇ ਕੰਡੀਸ਼ਨ 1 ਸਹੀ ਹੈ ਤਾਂ ਸਟੇਟਮੈਂਟ 1 ਐਗਜ਼ੀਕਿਊਟ ਕੀਤੀ ਜਾਏਗੀ। ਜੇ ਕੰਡੀਸ਼ਨ 1 ਗਲਤ ਹੈ ਤਾਂ ਇਹ ਕਿਸੇ ਦੂਜੀ ਕੰਡੀਸ਼ਨ ਨੂੰ ਚੈੱਕ ਕਰੇਗਾ ਜੋ ਕਿ ਕੰਡੀਸ਼ਨ 2 ਹੈ। ਜੇ ਕੰਡੀਸ਼ਨ 2 ਸਹੀ ਹੈ ਤਾਂ ਸਟੇਟਮੈਂਟ 3 ਐਗਜ਼ੀਕਿਊਟ ਕੀਤੀ ਜਾਏਗੀ, ਅਤੇ ਜੇ ਕੰਡੀਸ਼ਨ 2 ਗਲਤ ਹੈ ਤਾਂ ਸਟੇਟਮੈਂਟ 2 ਐਗਜ਼ੀਕਿਊਟ ਕੀਤੀ ਜਾਏਗੀ। ਆਓ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚੱਲੀਏ। ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ। ਮੈਨੂੰ ਇਹ ਖੋਲ੍ਹਣ ਦਿਓ। ਧਿਆਨ ਦਿਓ ਕਿ ਸਾਡੀ ਫਾਈਲ ਦਾ ਨਾਮ ifstmt.c ਹੈ। ਇਸ ਪ੍ਰੋਗਰਾਮ ਵਿੱਚ ਅਸੀਂ 2 ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈੱਕ ਕਰਾਂਗੇ। ਮੈਂ ਹੁਣ ਕੋਡ ਦੱਸਾਂਗੀ। ਇਹ ਸਾਡੀ ਹੈਡਰ ਫਾਈਲ ਹੈ। ਇਹ ਸਾਡਾ ਮੇਨ ਫੰਕਸ਼ਨ ਹੈ। ਇੱਥੇ ਅਸੀਂ 3 ਇੰਟੀਜਰ ਵੈਰੀਏਬਲਸ a, b ਅਤੇ sum ਘੋਸ਼ਿਤ ਕੀਤੇ ਹਨ। ਇੱਥੇ ਅਸੀਂ ਯੂਜ਼ਰ ਇਨਪੁਟ ਲਈ ਪੁੱਛ ਰਹੇ ਹਾਂ। ਯੂਜ਼ਰ a ਅਤੇ b ਦੀ ਵੈਲਿਊਜ਼ ਐਂਟਰ ਕਰਨਗੇ। ਇਹ ਵੈਲਿਊਜ਼ ਵੈਰੀਏਬਲ a ਅਤੇ ਵੈਰੀਏਬਲ b ਵਿੱਚ ਸਟੋਰ ਹੋ ਜਾਣਗੀਆਂ। scanf ਕੰਸੋਲ ਤੋਂ ਡਾਟਾ ਰੀਡ ਕਰਦਾ ਹੈ, ਫਿਰ ਇਹ ਨਤੀਜੇ ਨੂੰ ਦਿੱਤੇ ਗਏ ਵੈਰੀਏਬਲ ਵਿੱਚ ਸਟੋਰ ਕਰਦਾ ਹੈ। scanf ਵਿੱਚ ਫਾਰਮੈਟ ਸਪੈਸੀਫਾਇਰ ਡੇਟਾ ਦਾ ਟਾਈਪ ਜਾਣਨ ਵਿੱਚ ਮਦਦ ਕਰਦਾ ਹੈ। ਜਿਵੇਂ ਕਿ ਇੱਥੇ ਸਾਡੇ ਕੋਲ %d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜਰ ਡੇਟਾ ਟਾਈਪ ਨਾਲ ਕੰਮ ਕਰ ਰਹੇ ਹਾਂ। ਇੱਥੇ ਅਸੀਂ a ਤੇ b ਦੀ ਵੈਲਿਊਜ਼ ਦਾ ਜੋੜ ਕਰਾਂਗੇ। ਅਸੀਂ ਨਤੀਜੇ ਸਮ ਵਿੱਚ ਸਟੋਰ ਕਰਾਂਗੇ, ਫਿਰ ਅਸੀਂ ਨਤੀਜੇ ਨੂੰ ਪ੍ਰਿੰਟ ਕਰਾਂਗੇ। ਇਹ ਸਾਡੀ ਇਫ ਸਟੇਟਮੈਂਟ ਹੈ। ਇੱਥੇ ਅਸੀਂ ਕੰਡੀਸ਼ਨ ਚੈੱਕ ਕਰਾਂਗੇ ਕਿ ਕੀ ਸਮ 20 ਤੋਂ ਜ਼ਿਆਦਾ ਹੈ। ਜੇ ਕੰਡੀਸ਼ਨ ਸਹੀ ਹੈ ਤਾਂ ਅਸੀਂ ਪ੍ਰਿੰਟ ਕਰਾਂਗੇ ਜੋੜ 20 ਤੋਂ ਜ਼ਿਆਦਾ ਹੈ। ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕਮੈਂਟ ਕਰਨ ਦਿਓ। ਇਹ ਸਾਡੀ ਰਿਟਰਨ ਸਟੇਟਮੈਂਟ ਹੈ। ਹੁਣ ਸੇਵ ਤੇ ਕਲਿੱਕ ਕਰੋ। ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਗਜ਼ੀਕਿਊਸ਼ਨ ਵੇਖਾਂਗੇ। ਆਪਣੇ ਕੀਬੋਰਡ ਤੋਂ ਕੰਟਰੋਲ ਆਲਟ ਅਤੇ ਟੀ ਬਟਨ ਇਕੱਠੇ ਦਬਾ ਕੇ ਟਰਮੀਨਲ ਵਿੰਡੋ ਖੋਲ੍ਹੋ। ਕੰਪਾਈਲ ਕਰਨ ਲਈ ਜੀਸੀਸੀ ਸਪੇਸ ifstmt.c ਸਪੇਸ -o ਸਪੇਸ ਇਫ ਟਾਈਪ ਕਰੋ ਅਤੇ ਐਂਟਰ ਦਬਾਓ। ਐਗਜ਼ੀਕਿਊਟ ਕਰਨ ਲਈ /if ਟਾਈਪ ਕਰਕੇ ਐਂਟਰ ਦਬਾਓ। ਇੰਝ ਦਰਸਾਏਗਾ। a ਅਤੇ b ਦੀ ਵੈਲਿਊ ਐਂਟਰ ਕਰੋ। ਮੈਂ ਇਹਨਾਂ ਨੂੰ 10 ਅਤੇ 12 ਵੈਲਿਊਜ਼ ਦੇਵਾਂਗੀ। ਆਉਟਪੁੱਟ ਇੰਝ ਆਏਗੀ। a ਅਤੇ b ਦਾ ਜੋੜ 22 ਹੈ, ਜੋੜ 20 ਤੋਂ ਜ਼ਿਆਦਾ ਹੈ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਓ। ਅਸੀਂ ਦੂਜੀ ਕੰਡੀਸ਼ਨ ਚੈੱਕ ਕਰਾਂਗੇ। ਮੈਨੂੰ ਇੱਥੋਂ ਕਮੈਂਟ ਹਟਾਉਣ ਦਿਓ। ਮੈਂ ਇੱਥੇ ਕਮੈਂਟ ਦੇਵਾਂਗੀ। ਹੁਣ ਸੇਵ ਤੇ ਕਲਿੱਕ ਕਰੋ।
ਇਹ ਸਾਡੀ else if ਸਟੇਟਮੈਂਟ ਹੈ। ਇੱਥੇ ਅਸੀਂ ਦੂਜੀ ਕੰਡੀਸ਼ਨ ਚੈੱਕ ਕਰਦੇ ਹਾਂ ਕਿ ਕੀ ਸਮ 10 ਤੋਂ ਜ਼ਿਆਦਾ ਹੈ। ਜੇ ਕੰਡੀਸ਼ਨ ਸਹੀ ਹੈ ਤਾਂ ਅਸੀਂ ਪ੍ਰਿੰਟ ਕਰਾਂਗੇ ਜੋੜ 10 ਤੋਂ ਜ਼ਿਆਦਾ ਹੈ ਅਤੇ 20 ਤੋਂ ਘੱਟ ਹੈ। ਆਪਣੇ ਟਰਮੀਨਲ ਤੇ ਵਾਪਸ ਆਓ। ਆਓ ਪਹਿਲਾਂ ਵਾਂਗ ਕੰਪਾਈਲ ਕਰੀਏ। ਆਓ ਪਹਿਲਾਂ ਵਾਂਗ ਐਗਜ਼ੀਕਿਊਟ ਕਰੀਏ। ਇੰਜ ਦਰਸਾਏਗਾ A ਅਤੇ B ਦੀ ਵੈਲਿਊ ਐਂਟਰ ਕਰੋ। ਮੈਂ ਇਹਨਾਂ ਨੂੰ 10 ਅਤੇ 2 ਵੈਲਿਊਜ਼ ਦੇਵਾਂਗੀ। ਆਉਟਪੁੱਟ ਇੰਜ ਆਏਗੀ। A ਅਤੇ B ਦਾ ਜੋੜ 12 ਹੈ। ਜੋੜ 10 ਤੋਂ ਜ਼ਿਆਦਾ ਹੈ ਅਤੇ 20 ਤੋਂ ਘੱਟ ਹੈ। ਮੈਨੂੰ ਪ੍ਰੌਂਪਟ ਖਾਲੀ ਕਰਨ ਦਿਓ। ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ। ਮੈਂ ਇੱਥੋਂ ਤੇ ਇੱਥੋਂ ਕਮੈਂਟ ਰਿਮੂਵ ਕਰਦੀ ਹਾਂ। ਹੁਣ ਸੇਵ ਤੇ ਕਲਿੱਕ ਕਰੋ। ਜੇ ਦੋਨੋਂ ਕੰਡੀਸ਼ਨਸ ਗਲਤ ਹਨ ਤਾਂ ਅਸੀਂ ਪ੍ਰਿੰਟ ਕਰਾਂਗੇ ਜੋੜ 10 ਤੋਂ ਘੱਟ ਹੈ। ਇਹ ਸਾਡੀ else ਸਟੇਟਮੈਂਟ ਹੈ। ਆ ਹੁਣ ਐਗਜ਼ੀਕਿਊਟ ਕਰੀਏ ਤੇ ਵੇਖੀਏ। ਆਪਣੇ ਟਰਮੀਨਲ ਤੇ ਵਾਪਸ ਆਓ। ਆਓ ਪਹਿਲਾਂ ਵਾਂਗ ਕੰਪਾਈਲ ਕਰੀਏ, ਪਹਿਲਾਂ ਵਾਂਗ ਐਗਜ਼ੀਕਿਊਟ ਕਰੀਏ। ਇੰਜ ਦਰਸਾਏਗਾ A ਅਤੇ B ਦੀ ਵੈਲਿਊ ਐਂਟਰ ਕਰੋ। ਮੈਂ ਇਹਨਾਂ ਨੂੰ 3 ਅਤੇ 5 ਵੈਲਿਊਜ਼ ਦੇਵਾਂਗੀ। ਅਸੀਂ ਵੇਖਦੇ ਹਾਂ ਆਉਟਪੁੱਟ ਇੰਜ ਹੈ। A ਅਤੇ B ਦਾ ਜੋੜ 8 ਹੈ। ਜੋੜ 10 ਤੋਂ ਘੱਟ ਹੈ। ਆਓ ਹੁਣ ਅਸੀਂ ਉਹ ਆਮ ਗਲਤੀਆਂ ਦੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। ਆਪਣੇ ਪ੍ਰੋਗਰਾਮ ਤੇ ਵਾਪਸ ਆਓ। ਮੰਨ ਲਓ ਕਿ ਮੈਂ ਇਫ ਸਟੇਟਮੈਂਟ ਦੇ ਅੰਤ ਤੇ ਇੱਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ। ਆਓ ਵੇਖੀਏ ਕੀ ਹੁੰਦਾ ਹੈ। ਸੇਵ ਤੇ ਕਲਿੱਕ ਕਰੋ। ਆਓ ਐਗਜ਼ੀਕਿਊਟ ਕਰੀਏ। ਆਪਣੇ ਟਰਮੀਨਲ ਤੇ ਵਾਪਸ ਆਓ। ਆਓ ਪਹਿਲਾਂ ਵਾਂਗ ਕੰਪਾਈਲ ਕਰੀਏ। ਅਸੀਂ ਇੱਕ ਗਲਤੀ ਦੇਖਦੇ ਹਾਂ। ਐਲਸ ਤੋਂ ਪਹਿਲਾਂ ਇਫ ਨਹੀਂ ਹੈ। ਆਪਣੇ ਪ੍ਰੋਗਰਾਮ ਤੇ ਵਾਪਸ ਆਓ। ਇਹ ਇੱਕ ਵਾਕ ਰਚਨਾ ਦੀ ਗਲਤੀ ਹੈ। ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ ਅਤੇ ਐਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ। ਆਓ ਇਫ ਨੂੰ ਠੀਕ ਕਰੀਏ। ਇੱਥੇ ਸੈਮੀਕੋਲਨ ਨੂੰ ਡਿਲੀਟ ਕਰੋ। ਹੁਣ ਸੇਵ ਤੇ ਕਲਿੱਕ ਕਰੋ। ਆਓ ਐਗਜ਼ੀਕਿਊਟ ਕਰੀਏ। ਟਰਮੀਨਲ ਤੇ ਵਾਪਸ ਆਓ। ਆਓ ਪਹਿਲਾਂ ਵਾਂਗ ਕੰਪਾਈਲ ਕਰੀਏ। ਆਓ ਪਹਿਲਾਂ ਵਾਂਗ ਐਗਜ਼ੀਕਿਊਟ ਕਰੀਏ। A ਅਤੇ B ਦੀ ਵੈਲਿਊ ਐਂਟਰ ਕਰੋ। ਮੈਂ ਇਹਨਾਂ ਨੂੰ 3 ਅਤੇ 6 ਵੈਲਿਊਜ਼ ਦੇਵਾਂਗੀ। ਆਉਟਪੁੱਟ ਇੰਜ ਦਰਸਾਏਗਾ। A ਅਤੇ B ਦਾ ਜੋੜ 9 ਹੈ। ਜੋੜ 10 ਤੋਂ ਘੱਟ ਹੈ। ਆਓ ਅਸੀਂ ਹੁਣ ਵੇਖੀਏ ਕਿ ਇਹ ਪ੍ਰੋਗਰਾਮ C++ ਵਿੱਚ ਕਿਵੇਂ ਐਗਜ਼ੀਕਿਊਟ ਕਰਨਾ ਹੈ। ਆਪਣੇ ਪ੍ਰੋਗਰਾਮ ਤੇ ਵਾਪਸ ਆਓ। ਮੈਂ ਇੱਥੇ ਕੁਝ ਚੀਜ਼ਾਂ ਬਦਲਾਂਗੀ। ਆਪਣੇ ਕੀਬੋਰਡ ਤੇ ਸ਼ਿਫਟ, ਕੰਟਰੋਲ ਅਤੇ ਐਸ ਬਟਨ ਇਕੱਠੇ ਦਬਾਓ। ਹੁਣ ਐਕਸਟੈਂਸ਼ਨ .cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿੱਕ ਕਰੋ। ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟ੍ਰੀਮ ਕਰਾਂਗੇ। ਆਓ ਅਸੀਂ ਇੱਥੇ ਯੂਜ਼ਿੰਗ ਸਟੇਟਮੈਂਟ ਸ਼ਾਮਿਲ ਕਰੀਏ। ਹੁਣ ਰਿਪਲੇਸ ਟੈਕਸਟ ਆਪਸ਼ਨ ਲਈ ਸਰਚ ਤੇ ਕਲਿੱਕ ਕਰੋ। ਆਓ ਅਸੀਂ ਪ੍ਰਿੰਟਫ ਸਟੇਟਮੈਂਟ ਨੂੰ ਸੀਆਊਟ ਸਟੇਟਮੈਂਟ ਨਾਲ ਬਦਲੀਏ। ਰਿਪਲੇਸ ਆਲ ਤੇ ਕਲਿੱਕ ਕਰੋ ਅਤੇ ਕਲੋਜ਼ ਤੇ ਕਲਿੱਕ ਕਰੋ। ਇੱਥੇ ਹੁਣ ਕਲੋਜ਼ਿੰਗ ਬ੍ਰੈਕਟਸ ਡਿਲੀਟ ਕਰ ਦਿਓ। ਸਕੈਨਫ ਸਟੇਟਮੈਂਟ ਨੂੰ ਸੀਆਈਐਨ ਸਟੇਟਮੈਂਟ ਨਾਲ ਬਦਲੋ। ਸੀਆਈਐਨ 2 ਕਲੋਜ਼ਿੰਗ ਐਂਗਲ ਬ੍ਰੈਕਟ ਟਾਈਪ ਕਰੋ। ਅਸੀਂ ਸੀਆਈਐਨ ਫੰਕਸ਼ਨ ਨੂੰ C++ ਵਿੱਚ ਇੱਕ ਲਾਈਨ ਪੜ੍ਹਨ ਲਈ ਵਰਤਦੇ ਹਾਂ। ਹੁਣ ਫਾਰਮੈਟ ਸਪੈਸੀਫਾਇਰਸ ਨੂੰ ਡਿਲੀਟ ਕਰੋ। ਕੋਮਾ ਅਤੇ ਐਂਡ ਨੂੰ ਡਿਲੀਟ ਕਰੋ। ਇੱਥੇ ਕੋਮਾ ਡਿਲੀਟ ਕਰੋ ਅਤੇ 2 ਕਲੋਜ਼ਿੰਗ ਐਂਗਲ ਬ੍ਰੈਕਟ ਟਾਈਪ ਕਰੋ। ਦੁਬਾਰਾ ਐਂਡ ਅਤੇ ਕਲੋਜ਼ਿੰਗ ਬ੍ਰੈਕਟਸ ਡਿਲੀਟ ਕਰੋ। ਹੁਣ ਸੇਵ ਤੇ ਕਲਿੱਕ ਕਰੋ। ਇੱਥੇ ਕਲੋਜ਼ਿੰਗ ਬ੍ਰੈਕਟ ਅਤੇ ਕੋਮਾ ਡਿਲੀਟ ਕਰੋ। ਹੁਣ \n ਅਤੇ ਫਾਰਮੈਟ ਸਪੈਸੀਫਾਇਰ ਨੂੰ ਡਿਲੀਟ ਕਰੋ। ਹੁਣ 2 ਓਪਨਿੰਗ ਬ੍ਰੈਕਟਸ ਟਾਈਪ ਕਰੋ। ਦੁਬਾਰਾ 2 ਓਪਨਿੰਗ ਬ੍ਰੈਕਟਸ \n ਟਾਈਪ ਕਰੋ। ਇੱਥੇ ਵੀ ਅਸੀਂ ਕਲੋਜ਼ਿੰਗ ਬ੍ਰੈਕਟ ਡਿਲੀਟ ਕਰਾਂਗੇ। ਹੁਣ ਦੁਬਾਰਾ ਇੱਥੇ ਅਤੇ ਇੱਥੇ ਕਲੋਜ਼ਿੰਗ ਬ੍ਰੈਕਟਸ ਡਿਲੀਟ ਕਰੋ। ਹੁਣ ਸੇਵ ਤੇ ਕਲਿੱਕ ਕਰੋ।
ਐਗਜ਼ੀਕਿਊਟ ਕਰੀਏ ਆਪਣੇ ਟਰਮੀਨਲ ਤੇ ਵਾਪਸ ਆਓ ਮੈਨੂੰ ਪ੍ਰੌਂਪਟ ਖਾਲੀ ਕਰਨ ਦਿਓ ਕੰਪਾਈਲ ਕਰਨ ਲਈ G++ ਸਪੇਸ ifstmt.cpp ਸਪੇਸ -o if1 ਟਾਈਪ ਕਰੋ ਇੱਥੇ ਅਸੀਂ if1 ਕੀਤਾ ਹੈ ਕਿਉਂਕਿ ਅਸੀਂ ifstmt.c ਫਾਈਲ ਦੇ ਆਉਟਪੁੱਟ ਪੈਰਾਮੀਟਰ ਨੂੰ ਓਵਰਰਾਈਟ ਨਹੀਂ ਕਰਨਾ ਚਾਹੁੰਦੇ ਹੁਣ ਐਂਟਰ ਦਬਾਓ ਐਗਜ਼ੀਕਿਊਟ ਕਰਨ ਲਈ /if1 ਟਾਈਪ ਕਰੋ ਐਂਟਰ ਦਬਾਓ a ਅਤੇ b ਦੀ ਵੈਲਿਊ ਐਂਟਰ ਕਰੋ ਮੈਂ ਇਹਨਾਂ ਨੂੰ 20 ਅਤੇ 10 ਵੈਲਿਊਜ਼ ਦੇਵਾਂਗੀ ਆਉਟਪੁੱਟ ਇੰਜ ਆਏਗੀ a ਅਤੇ b ਦਾ ਜੋੜ 30 ਹੈ ਜੋੜ 20 ਤੋਂ ਜ਼ਿਆਦਾ ਹੈ ਇਹ ਸਾਨੂੰ ਇਸ ਟਿਊਟੋਰਿਅਲ ਦੇ ਅੰਤ ਤੇ ਲੈ ਆਇਆ ਹੈ ਆਪਣੇ ਸਲਾਈਡਸ ਤੇ ਵਾਪਸ ਆਓ ਆਓ ਸੰਖੇਪ ਕਰੀਏ ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਹੈ ਇਫ ਸਟੇਟਮੈਂਟ ਜਿਵੇਂ ਕਿ ਇਫ ਕੰਡੀਸ਼ਨ ਐਲਸ ਇਫ ਸਟੇਟਮੈਂਟ ਜਿਵੇਂ ਕਿ ਐਲਸ ਇਫ ਕੰਡੀਸ਼ਨ ਇੱਕ ਅਸਾਈਨਮੈਂਟ ਵਜੋਂ a b ਤੋਂ ਵੱਡਾ ਹੈ ਜਾਂ b ਤੋਂ ਘੱਟ ਹੈ ਇਹ ਚੈੱਕ ਕਰਨ ਲਈ ਇੱਕ ਪ੍ਰੋਗਰਾਮ ਲਿਖੋ ਹਿੰਟ ਇਫ ਸਟੇਟਮੈਂਟ ਵਰਤੋ ਦੂਜਾ ਪ੍ਰੋਗਰਾਮ ਇਹ ਚੈੱਕ ਕਰਨ ਲਈ ਲਿਖੋ ਕਿ ਕਿਹੜੀ ਵੈਲਿਊ ਵੱਡੀ ਹੈ a b ਜਾਂ c ਹਿੰਟ ਐਲਸ ਇਫ ਸਟੇਟਮੈਂਟ ਵਰਤੋ ਨੀਚੇ ਦੱਸੇ ਲਿੰਕ ਤੇ ਦਿੱਤੀ ਵੀਡੀਓ ਦੇਖੋ ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਸੰਖੇਪ ਕਰਦਾ ਹੈ ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ ਜ਼ਿਆਦਾ ਜਾਣਕਾਰੀ ਲਈ contact@spoken-tutorial.org ਤੇ ਲਿਖ ਕੇ ਸੰਪਰਕ ਕਰੋ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਇੱਕ ਹਿੱਸਾ ਹੈ ਇਸ ਦਾ ਸਮਰਥਨ ICT MHRD ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਕਰਦਾ ਹੈ ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ਤੇ ਉਪਲਬਧ ਹੈ ਇਸ ਸਕ੍ਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ ਸ਼ਾਮਲ ਹੋਣ ਲਈ ਧੰਨਵਾਦ